ਲੋ ਬਾਈ ਜੀ ਆਪਾਂ ਨੂੰ ਬਾਈ ਜੀ ਮਿਲੇ ਨੇ, ਬਾਈ ਨੇ ਮੈਂ ਸਟੰਟ ਦਿਖਾਏ ਨੇ, ਬਾਈ ਨੇ ਬਹੁਤ ਵਧੀਆ ਅਪਰੀਸ਼ੀਏਟ ਕੀਤਾ, ਬਹੁਤ ਵਧੀਆ ਮੁੰਡਾ ਕਰਦਾ ਯਾਰ, ਸਾਰੇ ਸਪੋਰਟ ਕਰਿਆ ਕਰੋ। ਆ ਮੁੰਡੇ ਦੇ ਲਈ ਇੱਕ ਵਾਰੀ ਤਾੜੀ ਮਾਰੋ ਕੱਢ ਕੇ, ਕੀ ਤੋਂ ਕੀ ਬਣ ਗਿਆ ਪਤਾ ਹੀ ਨਹੀਂ ਲੱਗਦਾ ਵੀ ਮੂੰਹ ਕਿਹੜੇ ਪਾਸੇ ਸੀਗਾ। ਮੂੰਹ ਦੇ ਵਿੱਚ ਵੀ ਰੇਤਾ ਪੈ ਗਿਆ ਹਨਾ, ਨੱਕ 'ਚ ਵੀ ਰੇਤਾ ਪੈ ਜਾਂਦਾ ਹੈ। ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ। ਮੈਂ ਤੁਹਾਡਾ ਆਪਣਾ ਕਮਲ ਮੂਨਕਵਾਲਾ, ਹੋਪ ਬਾਈ ਸਾਰੇ ਤੁਸੀਂ ਵਧੀਆ ਹੋਵੋਗੇ। ਅੱਜ ਆਪਾਂ ਚੱਲੇ ਨਵੇਂ ਕਬੱਡੀ ਕੱਪ 'ਤੇ, ਫਿਰੋਜ਼ਪੁਰ ਦੇ ਵਿੱਚ ਪਿੰਡ ਸੈਦ ਕੇ ਰੋਹੇਲਾ ਬਾਈ। ਅੱਜ ਕਬੱਡੀ ਕੱਪ ਹੈ 19 ਮਾਰਚ ਅੱਜ, ਅਤੇ ਟਾਈਮ ਹੋ ਰਿਹਾ ਬਾਈ 8:45। ਆਪਣੀ ਟ੍ਰੇਨ ਹੈ ਫਿਰੋਜ਼ਪੁਰ ਦੀ ਜਾਖਲ ਤੋਂ ਬਈ। ਪਹਿਲਾਂ ਆਪਾਂ ਫਿਰੋਜ਼ਪੁਰ ਜਾਵਾਂਗੇ, ਇੱਥੋਂ ਆਪਣਾ ਲਗਭਗ ਹੈਗਾ 5-6 ਘੰਟਾ ਦਾ ਸਫ਼ਰ ਹੈ ਬਈ ਜਾਖਲ ਤੋਂ ਲੈ ਕੇ ਫਿਰੋਜ਼ਪੁਰ ਦਾ। ਮੈਂ ਬੱਸ ਲੈ ਕੇ ਆ ਗਿਆ ਸੀ ਮੇਰੇ ਸ਼ਹਿਰ ਮੂਨਕ ਤੋਂ ਜਾਖਲ ਦੀ ਬਈ, ਅਤੇ ਹੁਣ ਫਿਰੋਜ਼ਪੁਰ ਜਾ ਰਿਹਾ ਬਈ। ਲਗਭਗ 5-6 ਘੰਟਾ ਦਾ ਸਫ਼ਰ ਹੈ, 5:45 ਦਾ ਆਪਣੀ ਟ੍ਰੇਨ ਦੇ ਟਾਈਮ ਹੋ ਹੀ ਗਿਆ ਬਈ, ਤਾਂ ਟ੍ਰੇਨ ਵੀ ਆਉਣ ਵਾਲੀ ਹੈ ਅਤੇ ਚੱਲਦਿਆਂ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਬਈ। ਨਾਲ ਆਪਣੇ ਜਾ ਰਿਹਾ ਆਪਣਾ ਡਾਕਟਰ ਕਮੈਂਡੇਟਰ ਡਾਕਟਰ ਬੱਬੂ ਬਾਈ ਬਈ, ਉਹ ਆਪਾਂ ਨੂੰ ਬਰੇਟਾ ਤੋਂ ਮਿਲੂਗਾ ਕਿਉਂਕਿ ਬਾਈ ਦਾ ਪਿੰਡ ਹੈ ਲਹਿਰ ਵਿੱਚ ਗਿੱਦੜਿਆਣੀ। ਉੱਥੇ ਬਾਈ ਨੂੰ ਬਰੇਟਾ ਨੇੜੇ ਪੈਂਦਾ, ਉੱਥੇ ਬਾਈ ਇਕੱਠਾ ਆਪਾਂ ਮੈਂ ਅਤੇ ਬਾਈ ਇਕੱਠੇ ਹੋਵਾਂਗੇ। ਹੁਣ ਮੈਂ ਇਕੱਲਾ ਇਸ ਟਾਈਮ ਜਾਖਲ ਤਾਂ ਚੱਲਦਿਆਂ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਬਾਈ। ਇਹ ਆ ਬਾਈ ਜਾਖਲ ਦਾ ਰੇਲਵੇ ਸਟੇਸ਼ਨ, ਇੱਥੋਂ ਆਪਣੀ ਟ੍ਰੇਨ ਹੈ ਫਿਰੋਜ਼ਪੁਰ ਦੀ ਬਾਈ। ਲਗਭਗ 5-6 ਘੰਟਾ ਦਾ ਸਫ਼ਰ ਹੈ ਬਈ, 5 ਘੰਟਾ ਤੋਂ ਵੱਧ ਦਾ ਹੀ ਸਫ਼ਰ ਹੈ ਫਿਰੋਜ਼ਪੁਰ ਦਾ ਬਈ। ਆਹ ਦੇਖ ਸਕਦੇ ਹੋ ਇੱਦਾਂ ਦਾ ਦਿਖਦਾ ਜਾਖਲ ਰੇਲਵੇ ਸਟੇਸ਼ਨ। ਲਓ ਬਈ ਆਪਾਂ ਨੇ ਫਿਰੋਜ਼ਪੁਰ ਕੈਂਟ ਦੀ ਟਿਕਟ ਲੈ ਲਈ ਅਤੇ 75 ਰੁਪਏ ਲੱਗੇ ਨੇ, ਆਹ ਦੇਖ ਸਕਦੇ ਹੋ ਬਈ। ਇਹ ਆਪਣੀ ਟਿਕਟ ਬਈ, ਜਿੱਥੇ ਆਪਾਂ ਫਿਰੋਜ਼ਪੁਰ ਕੈਂਟ ਜਾਣਾ, ਫਿਰੋਜ਼ਪੁਰ ਤੱਕ ਅੱਗੇ ਜਾਵਾਂਗੇ, ਸਿੱਧ ਕੇ ਰੋਹਲਾ 10 ਕਿਲੋਮੀਟਰ ਦੂਰ ਹੈ ਫਿਰੋਜ਼ਪੁਰ ਤੋਂ ਵੀ ਅੱਗੇ। ਤਾਂ ਟ੍ਰੇਨ ਸੀ ਮੇਰੀ ਵੀ 8:45 ਦੇ ਸਹੀ ਟਾਈਮਿੰਗ 'ਤੇ, ਪਰ ਲੇਟ ਹੋ ਗਈ ਟ੍ਰੇਨ ਬਈ, 20-25 ਮਿੰਟ ਲੇਟ ਹੋ ਗਈ। ਤਾਂ ਵਧੀਆ ਵੀ ਲੇਟ ਹੋ ਗਈ ਕਿਉਂਕਿ ਮੈਂ ਵੀ ਬਈ ਐਟ ਏ ਟਾਈਮ ਤੁਰਿਆ ਸੀ, ਮੈਨੂੰ ਲੱਗਦਾ ਮਿਲਣੀ ਨਹੀਂ ਟ੍ਰੇਨ, ਪਰ ਲੇਟ ਹੋ ਗਈ। 8:45 'ਤੇ ਮੈਂ ਆ ਗਿਆ ਸੀ ਇੱਥੇ ਸਟੇਸ਼ਨ 'ਤੇ, ਤਾਂ ਹੁਣ ਟਾਈਮ ਹੋ ਰਿਹਾ 8:55, 5-10 ਮਿੰਟ ਤੱਕ ਬਸ ਟ੍ਰੇਨ ਆ ਰਹੀ ਹੈ ਜਾਖਲ ਦੀ ਬਈ। ਹੁਣ ਹੋ ਰਿਹਾ ਟਾਈਮ ਬਈ 8:55, 5-10 ਮਿੰਟ ਤੱਕ ਬਸ ਆ ਰਹੀ ਹੈ ਜਾਖਲ ਟ੍ਰੇਨ ਆਪਣੀ ਫਿਰੋਜ਼ਪੁਰ ਵਾਲੀ ਦੀ। ਹੁਣ ਮੈਂ ਬ੍ਰਿਜ ਦੇ ਉੱਤੇ ਖੜ੍ਹਾ ਸੀ ਅਤੇ ਵੇਟ ਕਰ ਰਿਹਾ ਟ੍ਰੇਨ ਦਾ, ਤਾਂ ਟਿਕਟ ਆਪਾਂ ਨੇ ਲੈ ਲਈ, 75 ਰੁਪਏ ਲੱਗੇ ਨੇ ਬਈ ਫਿਰੋਜ਼ਪੁਰ ਕੈਂਟ ਦੇ, ਅਤੇ ਬਰੇਟੇ ਮਿਲੂਗਾ ਆਪਣਾ ਡਾਕਟਰ ਕਮੈਂਡੇਟਰ ਬੱਬੂ ਬਾਈ ਆਪਾਂ ਨੇ। ਇਹ ਰਿਹਾ ਵੀ ਜਾਖਲ ਜੰਕਸ਼ਨ, ਆ ਦੇਖ ਸਕਦੇ ਹੋ ਬਈ। ਜਿਹੜੀ ਟ੍ਰੇਨ ਮੈਂ ਜਾ ਰਿਹਾ ਵੀ ਫਿਰੋਜ਼ਪੁਰ ਕੈਂਟ, ਉਹ ਸਾਰੀ ਜਰਨਲ ਹੈ ਬਈ, ਸਾਰੇ ਜਰਨਲ ਦੇ ਡੱਬੇ ਨੇ ਲੱਗੇ ਉਹਦੇ ਵਿੱਚ, ਤਾਂ ਸੀਟ ਮਿਲ ਜੂਗੀ ਆਪਾਂ ਨੂੰ। 9:06 ਹੋ ਗਏ ਅਤੇ ਟ੍ਰੇਨ ਆਪਣੀ ਵੀ ਅਜੇ ਵੀ ਨਹੀਂ, ਸਹੀ ਟਾਈਮ 8:45 ਦਾ ਸੀ, 9:06 ਹੋ ਗਏ ਅਤੇ ਵੇਟ ਕਰ ਰਹੇ ਟ੍ਰੇਨ ਦਾ ਵੀ ਸਟੇਸ਼ਨ 'ਤੇ ਖੜ੍ਹ ਕੇ, ਆ ਦੇਖ ਸਕਦੇ ਹੋ। ਲਓ ਮਿੱਤਰੋ ਆ ਗਈ ਆਪਣੀ ਟ੍ਰੇਨ, ਆ ਦੇਖ ਸਕਦੇ ਹੋ ਵੀ ਹੋਰਨ ਮਾਰਦੀ। ਟਾਈਮ ਹੋ ਰਿਹਾ 9:12 'ਤੇ ਆਈ, 8:45 ਦਾ ਟਾਈਮ ਹੈ, ਬਹੁਤ ਲੇਟ ਹੋ ਰਹੀ, 1/2 ਘੰਟੇ ਮੰਗੂ ਬਈ। ਇਹਦੇ ਸਵਾਰੀਆਂ ਖੜੀਆਂ ਨੇ ਵੀ ਹੋਰ ਜਾਣ ਵਾਸਤੇ ਬਠਿੰਡੇ, ਮਾਨਸੇ ਬਠਿੰਡੇ ਦੀਆਂ। ਆ ਹੁਣ ਆਈ ਹੈ ਫਿਰੋਜ਼ਪੁਰ ਕੈਂਟ ਦੀ ਟ੍ਰੇਨ ਬਈ, 9:13 'ਤੇ ਆਈ ਹੈ, ਆਹ ਦੇਖ ਸਕਦੇ ਹੋ। ਉਹ ਚੜਾਂਗੇ, ਲਗਭਗ ਸਾਰੀ ਜਰਨਲ ਵਾਲੀ ਟ੍ਰੇਨ ਹੈ ਜੀ, ਜਰਨਲ ਦੇ ਡੱਬੇ ਨੇ ਸਾਰੇ, ਇਹ ਖਾਲੀ ਪਈ ਹੈ ਲਗਭਗ ਟ੍ਰੇਨ ਸਾਰੀ। ਲਓ ਬਾਈ ਬਰੇਟਾਂ ਤੋਂ ਆਪਾਂ ਨੂੰ ਮਿਲ ਗਿਆ ਆਪਣਾ ਡਾਕਟਰ ਬੱਬੂ ਬਾਈ ਬਈ, ਆਪਾਂ ਦੋਨੇ ਜਾ ਰਹੇ ਹਾਂ ਅਸੀਂ ਬਈ, ਆਹ ਦੇਖ ਸਕਦੇ ਡਾਕਟਰ ਬੱਬੂ ਬਾਈ ਬਰੇਟੇ ਤੋਂ ਮਿਲ ਗਿਆ ਸੀ, ਅਤੇ ਹੁਣ ਟ੍ਰੇਨ ਖੜੀ ਹੈ ਬਈ ਮਾਨਸਾ। ਲਓ ਮਿੱਤਰੋ, 10:52 'ਤੇ ਆਪਾਂ ਪਹੁੰਚ ਗਏ ਵੀ ਬਠਿੰਡਾ ਅਤੇ ਜੰਕਸ਼ਨ 'ਤੇ, ਅਜੇ ਆਪਣਾ ਸਫ਼ਰ ਹੋਰ ਪਿਆ ਵੀ, ਲਗਭਗ ਜਾਖਲ ਤੋਂ 6 ਘੰਟੇ ਦਾ ਰਸਤਾ ਫਿਰੋਜ਼ਪੁਰ ਕੈਂਟ ਦਾ, ਅਤੇ ਆਪਾਂ ਖੜ੍ਹੇ ਹੁਣ ਬਠਿੰਡਾ ਅਤੇ ਜੰਕਸ਼ਨ 'ਤੇ ਵੀ, ਬਠਿੰਡਾ ਰੇਲਵੇ ਸਟੇਸ਼ਨ 'ਤੇ। ਲਓ ਮਿੱਤਰੋ, ਆਪਾਂ ਪਹੁੰਚ ਗਏ ਬਈ ਕੋਟਕਪੂਰਾ ਜੰਕਸ਼ਨ 'ਤੇ, ਇਹ ਤੋਂ ਅਗਲਾ ਫਰੀਦਕੋਟ ਆਊਗਾ, ਫਿਰ ਆਊਗਾ ਬਈ ਫਿਰੋਜ਼ਪੁਰ ਕੈਂਟ। ਇਹ ਮੈਂ ਘਰ ਤੋਂ ਬਈ ਖਾਣ ਵਾਸਤੇ ਲੈ ਕੇ ਆਇਆ ਸੀ, ਮੰਮੀ ਨੇ ਚੌਲ ਬਣਾਏ ਸੀ ਮੇਰੇ ਵਾਸਤੇ, ਮੈਨੂੰ ਪਤਾ ਸੀ ਭੁੱਖ ਲੱਗੂਗੀ ਰਸਤੇ ਦੇ ਵਿੱਚ, ਤਾਂ ਚੌਲ ਖਾਂਦੇ ਹਾਂ ਬਈ। ਮੈਨੂੰ ਪਤਾ ਸੀ ਰਸਤੇ 'ਚ ਭੁੱਖ ਲੱਗੂਗੀ, ਤਾਂ ਚੌਲ ਖਾ ਰਿਹਾ ਵੀ ਟ੍ਰੇਨ ਦੇ ਵਿੱਚ ਬੈਠ ਗਿਆ। ਫਿਰ ਬੱਬੂ ਬਾਈ ਫੋਨ ਚਲਾ ਰਹੇ, ਉਹ ਪਏ ਬੱਬੂ ਬਾਈ ਦੇ ਚੌਲ, ਇਹ ਪਏ ਮੇਰੇ ਬਈ, ਤਾਂ ਖਾਂਦੇ ਹਾਂ ਵੀ ਭੁੱਖ ਲੱਗ ਰਹੀ ਸੀ। ਹੁਣ ਕੋਟਕਪੂਰਾ ਪਹੁੰਚ ਗਏ,
ਇਸ ਤੋਂ ਬਾਅਦ ਫਰੀਦਕੋਟ ਫਿਰ ਆਊਗਾ ਫਿਰੋਜ਼ਪੁਰ ਬਾਈ। ਮਿੱਤਰੋ 12:07 ਹੋ ਗਏ ਤੇ ਆਪਾਂ ਖੜੇ ਹਾਂ ਵੀ ਫਰੀਦਕੋਟ ਦੇ ਜੰਕਸ਼ਨ ਤੇ। ਇਹ ਤੋਂ ਬਾਅਦ ਆਊਗਾ ਫਿਰੋਜ਼ਪੁਰ ਕੈਂਟ ਤੇ ਅੱਗੇ ਜਾਵਾਂਗੇ ਸੈਦੋ ਗਿਰ ਹੱਲਾ ਕਬੱਡੀ ਕੱਪ ਤੇ ਜਿੱਥੇ ਆਪਾਂ ਨੂੰ ਬੁਲਾਇਆ ਬਾਈ, ਤੇ ਹੁਣ ਫਰੀਦਕੋਟ ਦੇ ਜੰਕਸ਼ਨ ਤੇ ਖੜੇ ਹਾਂ ਤਾਂ ਕਰਦੇ ਹਾਂ ਵੇਟ ਵੀ। ਬਸ ਲਾਸਟ ਸਟੇਸ਼ਨ ਰਹਿ ਗਿਆ ਤੇ ਹੁਣ ਆਊਗਾ ਫਿਰੋਜ਼ਪੁਰ ਕੈਂਟ ਅਗਲਾ ਬਾਈ। ਆਪਾਂ ਨੂੰ ਵੀ ਇਹ ਬਾਈ ਮਿਲਿਆ ਵੀ ਕੀ ਨਾਮ ਹੈ ਬਾਈ ਤੇਰਾ? ਇਹ ਬਾਈ ਹਰਿਆਣੇ ਤੋਂ, ਆਪਣੇ ਇੰਸਟਾਗ੍ਰਾਮ ਤੇ ਵੀਡੀਓ ਦੇਖਦੇ ਕਿੱਦਾਂ ਲੱਗਦੀ ਨੇ ਬਈ ਵੀਡੀਓ। ਇਹ ਆਪਣੀ ਵੀਡੀਓ ਦੇਖਦਾ, ਇਹ ਵੀ ਫਿਰੋਜ਼ਪੁਰ ਜਾ ਰਿਹਾ ਤੇ ਟ੍ਰੇਨ ਦੇ ਵਿੱਚ ਮਿਲ ਗਿਆ ਬਾਈ ਨੇ, ਪਛਾਣ ਲਿਆ ਮੈਨੂੰ, ਕਹਿੰਦਾ ਕਮਲ ਮੂਨਕਾਲਾ ਲੱਗਦਾ ਹੈ। ਤਾਂ ਬਾਈ ਨਾਲ ਵੀ ਗੱਲਬਾਤ ਕਰੀ, ਕੈਂਟ ਹੋਇਆ ਬਾਈ ਵੀ ਫਿਰੋਜ਼ਪੁਰ ਹੀ ਜਾ ਰਿਹਾ, ਬਾਈ ਫਿਰੋਜ਼ਪੁਰ ਹੀ ਜਾ ਰਿਹਾ ਨਾ, ਤਾਂ ਆਪਣੀ ਵੀਡੀਓ ਦੇਖਦਾ ਬਾਈ। ਬਹੁਤ ਬਹੁਤ ਧੰਨਵਾਦ ਬਾਈ ਮਿਲੇ, ਹਰਿਆਣੇ ਸਾਈਡ ਤੋਂ ਹੈ ਬਾਈ। ਲੋ ਮਿੱਤਰੋ ਲਗਭਗ 5.5 ਘੰਟੇ ਬਾਅਦ ਬਈ ਆਪਾਂ ਪਹੁੰਚ ਕੇ ਫਿਰੋਜ਼ਪੁਰ ਕੈਂਟ ਆ, ਦੇਖ ਸਕਦੇ ਪਿੱਛੇ ਲੱਗਿਆ ਹੋਇਆ ਬਈ ਫਿਰੋਜ਼ਪੁਰ ਕੈਂਟ, ਫਿਰੋਜ਼ਪੁਰ ਕੈਂਟ ਜੰਕਸ਼ਨ ਤੇ ਖੜੇ ਆਪਾਂ ਤੇ ਅੱਗੇ ਆਪਾਂ ਜਾਣਾ ਸੈਦੋ ਕੇ ਰੋਹੱਲਾ ਬਈ, ਇੱਥੋਂ 11 ਕਿਲੋਮੀਟਰ ਦੂਰ ਹੈ। ਆਹ ਦੇਖ ਸਕਦੇ ਹੋ ਇਹ ਵੀ ਫਿਰੋਜ਼ਪੁਰ ਕੈਂਟ ਦਾ ਰੇਲਵੇ ਸਟੇਸ਼ਨ, ਵਧੀਆ ਯਾਰ ਸਾਫ਼ ਸਫਾਈ ਪੂਰੀ ਹੈ ਦੇਖ ਸਕਦੇ ਹੋ। ਉਹ ਆਪਣੀ ਟ੍ਰੇਨ ਖੜੀ ਜਿਹਦੇ ਤੇ ਆਪਾਂ ਆਇਆ ਜਾਖਲ ਦੋ ਬਈ, ਆਹ ਦੇਖ ਸਕਦੇ ਹੋ। ਅੱਧਾ ਬਾਈ ਨੂੰ ਫੋਨ ਬਈ, ਹੁਣ ਬਾਈ ਆਪਾਂ ਨੂੰ ਲੈਣ ਆਜੂਗਾ ਰੇਲਵੇ ਸਟੇਸ਼ਨ ਤੋਂ, ਫਿਰ ਜਾਵਾਂਗੇ ਸੈਦੋ ਕੇ ਰੋਹੱਲਾ ਪਿੰਡ ਬਈ ਜਿੱਥੇ ਅੱਜ ਕਬੱਡੀ ਕੱਪ ਹੈ, ਆਪਾਂ ਨੂੰ ਬੁਲਾਇਆ ਜਿੱਥੇ ਬਈ। ਲਓ ਬਈ ਇੱਥੇ ਖੜ ਕੇ ਵੇਟ ਕਰ ਰਹੇ ਹਾਂ ਬਾਈ ਦਾ, ਜਿਹੜਾ ਬਾਈ ਆਪਾਂ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਆਊਗਾ। ਦੇਖਦੇ ਕਦੋਂ ਤੱਕ ਆਉਂਦਾ, ਫਿਲਹਾਲ ਟਾਈਮ ਤਾਂ ਹੋ ਗਿਆ 12:49 ਹੋ ਗਏ, 1 ਵੱਜਣ ਵਾਲਾ ਬਾਈ, 20 ਮਿੰਟ ਰਹਿ ਗਏ, ਕਰਦੇ ਹਾਂ ਬਾਈ ਦਾ ਵੇਟ। ਹੋਰ ਮੁਕੇਸ਼ ਬਾਈ ਵਧੀਆ? ਠੀਕ ਹੈ। ਉਹ ਬਾਈ ਆਪਾਂ ਫਿਰੋਜ਼ਪੁਰ ਦੇ ਕਬੱਡੀ ਕੱਪ ਤੇ ਪਹੁੰਚ ਗਏ ਸੈਦ ਕੇ ਰੋਹੱਲਾ ਦੇ ਵਿੱਚ, ਬਾਈ ਦੇ ਸੱਦੇ ਤੇ ਆਇਆ ਬਾਈ ਪਰਵੇਸ਼ ਬਾਈ, ਆਪਣਾ ਮੁਕੇਸ਼ ਬਾਈ 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 ਨੇ ਆਪਾਂ ਨੂੰ ਬੁਲਾਇਆ ਵੀ ਤੇ ਬਲੌਗ ਦੇ ਵਿੱਚ ਬਣੇ ਰਹੋ, ਕਬੱਡੀ ਕੱਪ ਤੇ ਪਹੁੰਚ ਗਿਆ ਦੇਖ ਸਕਦੇ ਉੱਥੇ ਚੱਲ ਰਿਹਾ ਕਬੱਡੀ ਕੱਪ। ਤੇ ਆਪਣੇ ਇਹ ਬਾਈ ਵੀ, ਬਾਈ ਨੇ ਮੈਨੂੰ ਪਛਾਣ ਲਿਆ ਸੀ, ਕਹਿੰਦਾ ਮੈਂ ਤੇਰੇ ਸਟੰਟ ਦੇਖ ਇੰਸਟਾਗ੍ਰਾਮ ਤੇ, ਤਾਂ ਵੀ ਬਣਾਉਂਦੇ ਹਾਂ ਤੇ ਚੱਲਦੇ ਹਾਂ ਕਬੱਡੀ ਕੱਪ ਤੇ ਪਹੁੰਚ ਗਏ। ਟਾਈਮ ਹੁਣ ਹੋ ਰਿਹਾ 4:03 ਹੋ ਰਹੇ ਨੇ ਤੇ ਹੁਣ ਸਟੰਟ ਕਰਾਂਗੇ ਅੱਧੇ ਘੰਟੇ ਤੱਕ ਵਾਰਮ ਅਪ ਕਰਕੇ, ਤਾਂ ਚੱਲਦੇ ਹਾਂ ਗਰਾਊਂਡ ਦੇ ਵਿੱਚ, ਦਿਖਾਉਂਦੇ ਹਾਂ ਰੌਣਕਾਂ ਤੇ ਕਿਹੜੇ ਕਿਹੜੇ ਖਿਡਾਰੀ ਨੂੰ ਮਿਲਦੇ ਹਾਂ, ਬਣੇ ਰਹੋ ਵਲੌਗ ਦੇ ਵਿੱਚ। ਲੋ ਮਿੱਤਰੋ ਆਪਾਂ ਨੇ ਸਟੰਟ ਕਰਨ ਦੇ ਲਈ ਕੱਪੜੇ ਕਰ ਲਏ ਚੇਂਜ, ਆ ਦੇਖ ਸਕਦੇ ਹੋ ਬਾਈ ਕੱਪੜੇ ਪਹਿਰ ਲਏ ਆਪਾਂ ਨੇ, ਹੁਣ ਕਰਾਂਗੇ ਬਸ 15 ਮਿੰਟ ਤੱਕ ਸਟੰਟ ਨੂੰ ਵਾਰਮ ਅਪ ਕਰ ਲਈਏ ਬੋਡੀ ਚੰਗੀ ਤਰ੍ਹਾਂ, ਤਾਂ ਫਿਰ ਕਰਦੇ ਹਾਂ ਬਾਈ ਸਟੰਟ ਤੇ ਦਿਖਾਉਂਦੇ ਹਾਂ ਵੀ ਤੁਹਾਨੂੰ। ਅੱਜ ਮੈਂ ਵੀ ਪਹਿਲੀ ਵਾਰ ਆਇਆ ਇਸ ਸਾਈਡ ਬਾਈ ਸੈਦੋ ਕੇ ਰੋਹੱਲਾ ਫਿਰੋਜ਼ਪੁਰ ਦੇ ਵਿੱਚ। ਉਹ ਬਾਈ ਆਪਣੀ ਵੀਡੀਓ ਦੇਖਦੇ ਇੰਸਟਾਗ੍ਰਾਮ ਤੇ ਬਾਈ, ਕਿਹੜਾ ਪਿੰਡ ਹੈ ਬਾਈ? ਧੀਰਾ ਪੰਦਰਾ ਬਾਈ। ਬਾਈ ਨੇ ਦੂਰੋਂ ਪਛਾਣ ਲਿਆ, ਕਹਿੰਦਾ ਬਾਈ ਦੇਖਿਆ ਲੱਗਦਾ ਕੰਮ ਦਾ। YouTube ਤੇ ਤੁਹਾਡੀ ਲਾਈਕ ਨੂੰ ਵੀਡੀਓ ਲਾਈਕ ਕਰ ਰਹੇ, ਥੈਂਕ ਯੂ ਬਾਈ, ਥੈਂਕ ਯੂ। ਚਲ ਬਾਈ ਦਿਖਾਵਾਂ ਤੈਨੂੰ ਵੀਡੀਓ ਅੱਜ ਸਟੰਟ ਲਾਈਵ, ਕੋਈ ਗੱਲ ਨਹੀਂ। ਕਿਹੜਾ ਪਿੰਡ ਹੈ? ਧੀਰਾ ਪੰਦਰਾ ਹੈ, ਧੀਰਾ ਪੰਦਰਾ ਨਾਲ ਹੀ ਪਿੰਡ ਆ। ਅੱਛਾ, ਪ੍ਰੋਬਲਮ ਨੂੰ ਕਰੋ। ਹਾਂਜੀ, ਤਾਂ ਬਣੇ ਰਹੋ ਬਾਈ, ਦਿਖਾਉਂਦੇ ਹਾਂ ਗਰਾਊਂਡ ਦੇ ਵਿੱਚ ਜਾਂਦੇ ਬਸ 15-20 ਮਿੰਟ ਤੱਕ, ਤੇ ਦਿਖਾਉਂਦੇ ਹਾਂ ਵੀ ਸਟੰਟ ਹੈ ਸੈਦੋ ਕੇ ਰੋਹੱਲਾ, ਮੈਂ ਪਹਿਲੀ ਵਾਰ ਆਇਆ ਇੱਕ ਕਬੱਡੀ ਕੱਪ ਦੇ ਬਾਈ। ਕਮਲ ਮੂਨਕ ਸਾਡਾ ਵੀਰ ਹੈ, ਕਹਿੰਦੇ ਰਬੜ ਵਾਂਗੂ ਵੱਧ ਜਾਂਦਾ ਹੈ। ਜਥੇਦਾਰ ਜੀ ਵੇਖਿਓ ਜਰਾ ਆਹ ਮੁੰਡੇ ਦੀ ਗੇਮ ਵੇਖਿਓ, ਤੁਹਾਡੀ ਰੂਹ ਖੁਸ਼ ਹੋ ਜੂਗੀ। ਇਹ ਮੇਰੇ ਰੰਗਲੇ ਪੰਜਾਬ ਦੀ ਜਵਾਨੀ ਹੈ, ਇਹ ਮੇਰੇ ਰੰਗਲੇ ਪੰਜਾਬ ਦਾ ਆਉਣ ਵਾਲੇ ਸਮੇਂ ਦਾ ਭਵਿੱਖ ਹੈ। ਕਮਲ ਤੇਰੇ ਕੋਲੇ ਸਮਾਂ ਵੀ ਹੈ, ਤੈਨੂੰ ਦੁਨੀਆ ਵੀ ਵੇਖ ਰਹੀ ਹੈ, ਅੱਜ ਤੇਰੇ 'ਚ ਜਿੰਨਾ ਟੈਲੈਂਟ ਹੈਗਾ ਉਹ ਸਾਰਿਆਂ ਨੂੰ ਦਿਖਾ ਦੇ, ਫਿਰ ਤੇਰੇ ਲਈ ਤਾੜੀਆਂ ਜ਼ੋਰਦਾਰ ਵੱਜਣਗੀਆਂ। ਇਸ ਨੌਜਵਾਨ ਦੀ ਮੇਰੇ ਵੀਰੋ ਫਲੈਕਸੀਬਿਲਟੀ ਵੇਖਿਓ, ਸਰੀਰ ਦੀ ਜਿਵੇਂ ਕਹਿੰਦੇ ਹੁੰਦੇ ਵੀ ਸਪਰਿੰਗ ਵਾਂਗੂ ਵੱਧ ਜਾਂਦਾ ਹੈ। ਆਓ ਸਾਹਮਣੇ ਆ, ਆਓ ਭੱਲੇ, ਆਓ ਭੱਲੇ 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 ਭੱਲੇ, ਤਾੜੀਆਂ ਬਾਰੇ ਦੱਸਿਓ ਫਿਰ ਕੀ ਖਿਆਲ ਆ ਮੇਰੇ ਮਿੱਤਰੋ। ਜਿਨ੍ਹਾਂ ਨੂੰ ਪਰਮਾਤਮਾ ਨੇ ਦੋ ਹੱਥ ਦਿੱਤੇ ਹੈ, ਜਿਹੜਾ ਕਿਸੇ ਦੀ ਤਾਰੀਫ ਕਰ ਸਕਦਾ ਉਹ ਇਹਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ, ਕਿਉਂਕਿ ਇੰਨੀ ਫਲੈਕਸੀਬਿਲਟੀ ਜਦੋਂ ਬੰਦਾ ਕਾਹਲੀ ਦੇ ਵਿੱਚ ਇਸ ਤਰ੍ਹਾਂ ਦੀ ਗੇਮ ਕਰਦਾ ਨਾ, ਤੇ ਮੇਰੇ ਵੀਰੋ ਕੁਝ ਵੀ ਗਲਤ ਹੋ ਕੇ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਮੇਰੇ ਵੀਰੋ ਜਿਹੜਾ ਸਰੀਰ ਨੂੰ ਨੁਕਸਾਨ ਹੋ ਸਕਦਾ, ਪਰ ਜਦੋਂ ਇਸ ਤਰ੍ਹਾਂ ਦੇ ਨੌਜਵਾਨ ਮੇਰੇ ਰੰਗਲੇ ਪੰਜਾਬ ਦੀ ਧਰਤੀ ਤੇ ਹੋਣ
ਤੇ ਮੇਰੇ ਵੀਰਿਓ ਫਿਰ ਜਿਵੇਂ ਕਹਿੰਦੇ ਹੁੰਦੇ ਚੜ੍ਹਦੀ ਕਲਾਈ ਰਹਿਣੀ ਹੈ। ਅਮਰੀਕ ਸਿੰਘ ਚੱਕ ਮਾਈਕ ਲੈ ਉਸ ਵਾਹਿਗੁਰੂ ਦਾ ਨਾਂ ਤੇ ਕਰ ਇਸ ਨੌਜਵਾਨ ਦੀ ਸਿਫਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਦੌਰ ਚੱਲਦਾ ਜਿਹੜਾ ਸਮਾਂ ਹੈ ਲੋੜ ਵੀ ਹੈ, ਨਹੀਂ ਤੇ ਪਤਾ ਕਿ ਸਾਨੂੰ ਕਿਵੇਂ ਨਾ ਕਿਵੇਂ ਕਿਹੜੇ ਪਾਸੇ ਮੋੜਿਆ ਜਾਂਦਾ ਹੈ। ਇਹ ਨੌਜਵਾਨ ਜਿਵੇਂ ਰੁਪਿੰਦਰ ਵੀਰ ਨੇ ਆਖਿਆ ਇੱਕ ਮਿਸਾਲ ਬਣਿਆ, ਇੱਕ ਮਿਸਾਲ ਬਣੇਗਾ। ਹੁਣ ਨੂੰ ਕੀ ਨਹੀਂ ਹੁੰਦਾ, ਮੈਂ ਕਹਿੰਦਾ ਕਿ ਪ੍ਰਮਾਤਮਾ ਨੇ ਤੁਹਾਨੂੰ ਕਿੰਨੇ ਕਿੰਨੇ ਸੋਹਣੇ ਸਰੀਰ ਦਿੱਤੇ ਹੈ, ਐਵੇਂ ਨਾ ਸ਼ਿਕਵੇ ਕਰਿਆ ਕਰੋ ਕਿ ਮੈਨੂੰ ਉਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ। ਤੜਕੇ ਉੱਠ ਕੇ ਸ਼ੀਸ਼ੇ ਮੂਹਰੇ ਖੜ ਕੇ ਪਹਿਲਾਂ ਆਪਦੇ ਆਪ ਨੂੰ ਵੇਖਿਆ ਕਰੋ ਤੇ ਫਿਰ ਉਹਦਾ ਸ਼ੁਕਰਾਨਾ ਕਰਿਆ ਕਰੋ ਕਿ ਪ੍ਰਮਾਤਮਾ ਤੇਰਾ ਲੱਖ ਲੱਖ ਵਾਰ ਸ਼ੁਕਰਾਨਾ ਹੈ, ਤੂੰ ਸਾਨੂੰ ਕਿੰਨੇ ਕਿੰਨੇ ਸੋਹਣੇ ਸਰੀਰ ਦਿੱਤੇ ਹੈ। ਇਹ ਮੁੰਡਾ ਇੱਕ ਮਿਸਾਲ ਬਣੇਗਾ, ਕਿੰਨਾ ਸੋਹਣਾ ਸਰੀਰ ਦੇਖੋ ਵੀ ਆਹ ਕੁਛ ਵੀ ਲਿਆ ਜਾ ਸਕਦਾ ਸਰੀਰਾਂ ਤੋਂ। ਮੈਂ ਬਾਹਰਲੇ ਪਾਸੇ ਧਿਆਨ ਮਾਰਿਆ ਕਿਵੇਂ ਰੇਹੜੀਆਂ ਵਾਲੇ ਨੌਜਵਾਨ ਕਿਵੇਂ ਇਹਨਾਂ ਮੇਲਿਆਂ ਤੋਂ ਆਪਣੀ ਜਿਹੜੀ ਕਮਾਈਆਂ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਹੈ ਤੇ ਆਪਾਂ ਕਹਿੰਦੇ ਨੇ ਕਿ ਸਾਨੂੰ ਆਹ ਨਹੀਂ ਮਿਲਿਆ, ਸਾਨੂੰ ਉਹ ਨਹੀਂ ਮਿਲਿਆ। ਮੈਂ ਇਹ ਨਹੀਂ ਕਹਿੰਦਾ ਵਿਦੇਸ਼ਾਂ ਦੇ ਵਿੱਚ ਨਾ ਜਾਓ, ਪਰ ਮੈਂ ਕਹਿੰਦਾ ਪੱਕੇ ਪੈਰੀ ਨਾ ਜਾਇਓ। ਉੱਥੇ ਜਾ ਕੇ ਵੀ ਜਿਹੜੇ ਡਾਲਰ ਆ ਉਹ ਦਰਖਤਾਂ ਨੂੰ ਨਹੀਂ ਲੱਗਦੇ, ਪਰ ਆ ਜ਼ਰੂਰ ਇਸ ਵੀਰ ਦਾ ਹੌਸਲਾ ਅਫਜ਼ਾਈ ਵੀ ਕਰਿਓ। ਸਾਡੀਆਂ ਦੁਆਵਾਂ ਤੁਹਾਡੇ ਸਾਰਿਆਂ ਦੇ ਲਈ ਹੈ। ਜਿਹੜਾ ਮੇਰਾ ਪੰਜਾਬ ਹੈ, ਮੇਰੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨਹੀਂ ਹੈ, ਮੇਰੇ ਪੰਜਾਬ ਦੇ ਵਿੱਚ ਵਿਹਲੜ ਪੁੜਾ ਜ਼ਿਆਦਾ ਆ ਗਿਆ ਹੈ। ਕਿਉਂਕਿ ਆਪ ਅਸੀਂ ਕਿਵੇਂ ਚਮਕੀਲੇ ਕਾਗਜ਼ਾਂ ਥੱਲੇ ਅੱਗ ਬਾਲ ਕੇ ਕਰੋੜਾਂ ਦਾ ਧੂਆ ਕੱਢ ਦਿੰਦੇ ਹਾਂ, ਤੇ ਸਾਡੀਆਂ ਮਾਵਾਂ 2-2 ਰੁਪਈਏ ਕਿਲੋ ਵਾਲੀ ਕਣਕ ਲੈਣ ਦੇ ਲਈ ਲਾਈਨਾਂ ਦੇ ਵਿੱਚ ਲੱਗੀਆਂ ਹੁੰਦੀਆਂ, ਤੇ ਅਸੀਂ ਕਹਿੰਦੇ ਕਿ ਸਾਡਾ ਦੇਸ਼ ਤਰੱਕੀ ਕਰ ਰਿਹਾ। ਆਹ ਮੁੰਡੇ ਵੇਲੇ ਇੱਕ ਵਾਰੀ ਤਾੜੀ ਮਾਰੋ ਕੱਢ ਕੇ। ਕੀ ਤੋਂ ਕੀ ਬਣ ਗਿਆ ਪਤਾ ਹੀ ਨਹੀਂ ਲੱਗਦਾ ਵੀ ਮੂੰਹ ਕਿਹੜੇ ਪਾਸੇ ਸੀਗਾ, ਰੱਬ ਨੇ ਕਿੱਧਰ ਲਾ ਕੇ ਭੇਜਿਆ ਨੇ, ਕਰਤਾ ਕਿੱਧਰ ਨੂੰ ਹੈ। ਮੇਰ ਕਰੀ ਪ੍ਰਮਾਤਮਾ ਦੁਆਵਾਂ। ਰੁਪਿੰਦਰ ਹੈਪੀ ਬਰਥਡੇ। ਮੇਰੇ ਕੋਲੇ ਤੇ ਸ਼ਬਦ ਹੀ ਮੁੱਕ ਜਾਂਦੇ ਆ ਜਦੋਂ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਆਉਂਦੇ ਆ ਖੇਡ ਮੈਦਾਨਾਂ ਅੰਦਰ। ਮੇਰੇ ਵੀਰੋ ਇਹ ਟੈਲੈਂਟ ਹੈ, ਇਹ ਮੇਰੇ ਪੰਜਾਬ ਦਾ ਟੈਲੈਂਟ ਹੈ। ਵਾਹ ਬਈ ਵਾਹ, ਸਵਾਦ ਆ ਗਿਆ। ਔਰ ਮੇਰੀ ਬੇਨਤੀ ਸੈਦੇ ਕੇ ਰਹੇਲਾ ਤੇ ਬਾਪਰ, ਮੈਨੂੰ ਲੱਗਦਾ ਸੈਦੇ ਕੇ ਵਾਲੇ ਆ ਗਏ ਹੈ, ਸੈਦੇ ਕੇ ਆ ਗਈ ਬਾਪਰ ਦੀ ਟੀਮ, ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਏ ਬਾਪਰ ਦੀ ਟੀਮ। ਨਲ ਮਾਣਕਾ ਤੇ ਖੰਡੂਰ ਸਾਹਿਬ ਜਲਦੀ ਦੇ ਨਾਲ ਹੀ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਨਲ ਮਾਣਕ ਤੇ ਖੰਡੂਰ ਸਾਹਿਬ ਇਹ ਟੀਮਾਂ, ਗਦੜਿਆਣੀ ਸਾਹਿਬ ਵੀ ਆਏ ਹੋਏ ਨੇ, ਕਿਆ ਬਾਤ ਹੈ, ਸਾਡੇ ਸਾਥੀ ਹੈ, ਬੁਲਾਰੇ ਹੈ, ਬਹੁਤ ਬਹੁਤ ਧੰਨਵਾਦ ਹੈ। ਔਰ ਕਿੰਨੀ ਉਮਰ ਹੈ ਜੀ ਬੱਬੂ ਵੀਰ? 22 ਸਾਲ ਦੀ ਉਮਰ ਹੈ। 22 ਸਾਲ ਦੀ ਉਮਰ ਦੇ ਵਿੱਚ ਉਹ ਵਾਹਿਗੁਰੂ ਇਹਦੇ ਮਾਤਾ ਜੀ ਧੂਫ ਵਾਲੀ ਫੈਕਟਰੀ ਦੇ ਵਿੱਚ 3000 ਰੁਪਇਆ ਮਹੀਨੇ ਤੇ ਕੰਮ ਕਰਦੇ ਹੈ, ਫਿਰ ਵੀ ਮੁੰਡਾ ਮੇਰੇ ਵੀਰੇ ਤਿਆਰੀ ਕਰਕੇ ਆਇਆ, ਇਹ ਤਿਆਰੀ ਕਰਕੇ ਆਇਆ। ਮੈਂ ਬੇਨਤੀ ਕਰਦਾ NRI ਭਰਾਵਾਂ ਨੂੰ ਵੀ ਇਸ ਤਰ੍ਹਾਂ ਦੇ ਮੁੰਡਿਆਂ ਨੂੰ ਆਪਾਂ ਸਾਂਭਿਆ ਕਰੀਏ, ਇਸ ਤਰ੍ਹਾਂ ਦੇ ਮੁੰਡਿਆਂ ਦੀ ਆਪਾਂ ਸਪੋਰਟ ਕਰਿਆ ਕਰੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੁੰਡੇ ਜਿਹੜੇ ਉੱਠ ਖੜਨ, ਹੋਰ ਵੀ ਮੇਰੇ ਵੀਰੋ ਜਿਹੜੇ ਨੌਜਵਾਨ ਹੈ ਮਾਰੂ ਨਸ਼ਿਆਂ ਤੋਂ ਬਚ ਸਕਣ, ਮੇਰੇ ਵੀਰੋ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੋਂ ਬਚ ਸਕਣ। ਸੋ ਇਸ ਨੌਜਵਾਨ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਫਿਰ ਤੋਂ ਵੱਜਣੀਆਂ ਚਾਹੀਦੀਆਂ। ਕਮਲ ਤੂੰ ਜਿਉਂਦਾ ਵਸਦਾ ਰਹਿ, ਦੇਖ ਤੇਰੇ ਲਈ ਸਾਰਿਆਂ ਨੇ ਤਾੜੀਆਂ ਮਾਰੀਆਂ, ਦੇਖ ਤੇਰੇ ਨੂੰ ਤੈਨੂੰ ਕਿੰਨਾ ਸਤਿਕਾਰ ਬਖਸ਼ਿਆ ਸ਼ਹੀਦਾਂ ਦੇ ਪਿੰਡ ਨੇ। ਕਿੰਨੇ ਆ ਜੀ? 2100 ਰੁਪਇਆ ਕਮੇਟੀ ਵੱਲੋਂ ਇਸ ਨੌਜਵਾਨ ਕਮਲ ਦੇ ਲਈ ਹੈ। ਕਮਲ ਤੂੰ ਰੂਹ ਖੁਸ਼ ਕਰਤੀ ਨੌਜਵਾਨ ਹੈ, ਮੂੰਹ ਦੇ ਵਿੱਚ ਵੀ ਰੇਤਾ ਪੈ ਗਿਆ, ਹੈ ਨਾ, ਨੱਕ 'ਚ ਵੀ ਰੇਤਾ ਪੈ ਜਾਂਦਾ, ਸੰਘਰਸ਼ ਕਰਨਾ ਔਖਾ ਹੋ ਜਾਂਦਾ। ਨਹੀਂ ਤਾਂ ਬੰਦਾ ਕਹਿ ਤਾਂ ਦਿੰਦਾ ਯਾਰ ਵੀ ਉਹ ਆਇਆ ਸੀ ਜਵਾਕ ਜਿਹਾ, ਬੜਾ ਵਧੀਆ ਕਰ ਗਿਆ। ਪਰ ਅਮਰੀਕ ਇਹ ਵੱਡਾ ਇਸ ਨੌਜਵਾਨ ਦਾ ਵੀ ਦਿਲ ਹੈ, ਕੁਛ ਬੋਲਣਾ ਚਾਹੁੰਦਾ? ਮੈਂ ਤੇਰਾ ਬਹੁਤ ਵੱਡਾ ਫੈਨ ਹੈ, ਤੇਰੇ ਡੈਡੀ ਨੂੰ ਕਹੀ, ਮੈਂ ਤੇਰੇ ਮੁੰਡੇ ਦਾ ਬਹੁਤ ਵੱਡਾ ਫੈਨ ਹੈ।
ਜੇ ਕੋਈ ਲੋੜ ਹੋਈ ਤਾਂ ਦੱਸੀ, ਭਰਾਵਾਂ ਨੂੰ ਯਾਦ ਕਰੀ ਤੇ ਆਹ ਆਪਣੀ ਗੇਮ ਨਹੀਂ ਛੱਡਣੀ, ਇਸੇ ਤਰ੍ਹਾਂ ਟੂਰਨਾਮੈਂਟਾਂ ਤੇ ਆ ਕੇ ਨਾਂ ਰੋਸ਼ਨ ਕਰਨਾ ਆਪਣੇ ਮਾਂ ਬਾਪ ਦਾ, ਜਿਉਂਦਾ ਵਸਦਾ ਰਹੇ। ਲੋ ਬਾਈ ਜੀ, ਆਪਾਂ ਨੂੰ ਬਾਈ ਜੀ ਮਿਲੇ ਨੇ, ਬਾਈ ਨੇ ਮੈਂ ਸਟੰਟ ਦਿਖਾਏ ਨੇ, ਬਾਈ ਨੇ ਬਹੁਤ ਵਧੀਆ ਬਹੁਤ ਵਧੀਆ ਮੁੰਡਾ ਕਰਦਾ ਯਾਰ, ਸਾਰੇ ਸਪੋਰਟ ਕਰਿਆ ਕਰੋ, ਮਾਰੇ ਕਿਰਪਾ ਕਰੇ ਬਾਈ ਨੂੰ, ਸਟੰਟ ਆਪਣੇ ਬਹੁਤ ਲੱਗੇ ਵੀ ਐਪਰੀਸ਼ੀਏਟ ਕੀਤਾ ਮੈਨੂੰ, ਮੈਂ ਹੋਰ ਮਿਹਨਤ ਕਰਦਾ ਰਹੀ ਅੱਗੇ। ਬਾਈ ਦੀ ਮੈਨੂੰ ਖੇਡ ਬਹੁਤ ਘੈਂਟ ਲੱਗਦੀ, ਮੇਰੇ ਘਰ ਦੇ ਮੇਰਾ ਭਰਾ ਵੱਡਾ ਭਰਾ ਦੇਖਦਾ, ਝੂਠਾ ਪਲੇਅਰ ਆ ਬਾਈ ਅੰਬਰਸਰ ਸਿੰਘ, ਘੈਂਟ ਪਲੇਅਰ ਆ ਬਾਈ ਜੀ, ਬਹੁਤ ਘੈਂਟ ਬਾਈ ਆ, ਵਧੀਆ ਸਟੰਟ ਕਰਨ ਦਾ ਮੌਕਾ ਦਿੱਤਾ ਤੇ ਵੀਡੀਓ ਵੀ ਬਣਾਈ, ਬਹੁਤ ਵਧੀਆ ਮੁੰਡੇ ਦੀ ਸਪੋਰਟ ਕਰੋ ਯਾਰ ਸਾਰੇ ਜਣੇ। ਲੋ ਮਿੱਤਰੋ, ਟੂਰਨਾਮੈਂਟ ਆਪਾਂ ਲਾਏ ਸੀ ਵੀ ਸਿੱਧੇ ਕੇ ਰੋਹਲਾ ਦੇ ਵਿੱਚ, ਮੈਂ ਫਸਟ ਟਾਈਮ ਆਏ ਸੀ ਤੇ ਟੂਰਨਾਮੈਂਟ ਬਹੁਤ ਘੈਂਟ ਹੋਇਆ ਵੀ, ਲੋਕਾਂ ਨੇ ਬਹੁਤ ਸਨਮਾਨ ਕੀਤਾ ਤੇ ਪਿਆਰ ਕੀਤਾ ਬਈ ਕਬੱਡੀ ਟੂਰਨਾਮੈਂਟ ਤੇ, ਤਾਂ ਬਹੁਤ ਬਹੁਤ ਦਿਲੋਂ ਧੰਨਵਾਦ ਪਰਮੇਸ਼ ਵੀਰੇ ਤੁਹਾਡੇ ਕਹਿਣ ਤੇ ਆਏ, ਤੇ ਇੱਕ ਬਲਕਰਨ ਬਾਈ ਹੈ ਬਈ, ਤੁਸੀਂ ਮੈਨੂੰ ਇਨਵਾਈਟ ਕਰਿਆ ਵੀ ਆਪਣੇ ਟੂਰਨਾਮੈਂਟ ਤੇ ਸਿੱਧੇ ਕੇ ਰੋਹਲਾ ਪਿੰਡ ਦੇ ਵਿੱਚ, ਤੇ ਮੈਂ ਵੀ ਫਸਟ ਟਾਈਮ ਆਇਆ ਬਈ, ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਲੋਕਾਂ ਨੇ ਬਹੁਤ ਸਨਮਾਨ ਕਰਿਆ, ਸਟੰਟ ਵੀ ਬਹੁਤ ਵਧੀਆ ਹੋਏ, ਤਾਂ ਟਾਈਮ ਵੀ ਬਹੁਤ ਵਧੀਆ ਮਿਲਿਆ, ਤਾਂ ਹੁਣ ਬਈ ਮੈਂ ਪ੍ਰਵੇਸ਼ ਬਾਈ ਦੇ ਘਰ ਆ ਗਿਆ ਸੀ, ਵੈਸੇ ਨਹਾਏ ਧੋਏ ਹਾਂ ਅਤੇ ਹੁਣ ਬਸ ਰੋਟੀ ਪਾਣੀ ਖਾਵਾਂਗੇ, ਤਾਂ ਬਈ ਮੈਂ ਕੋਸ਼ਿਸ਼ ਕਰੀ ਵਲੋਗ ਦੇ ਰਾਹੀਂ ਤੁਹਾਨੂੰ ਇਹ ਦਿਖਾਇਆ ਕਬੱਡੀ ਟੂਰਨਾਮੈਂਟ ਸੱਦੇ ਕੇ ਰੋਹਲੇ ਦਾ ਜੀ, ਫਸਟ ਟਾਈਮ ਆਇਆ, ਕਿਵੇਂ ਲੱਗਿਆ ਵਲੋਗ, ਪਿਆਰਾ ਜਿਹਾ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਇੱਧਰ ਆਪਣਾ ਵੀਰਾ ਏ ਮੁਕੇਸ਼, ਇਹ ਵੀ ਬਾਈ ਆਪਾਂ ਨੂੰ ਪੂਰੀ ਸਪੋਰਟ ਕਰਦਾ, ਬਹੁਤ ਘੈਂਟ ਗੱਲਬਾਤ ਹੈ, ਤਾਂ ਬਈ ਕਿਵੇਂ ਲੱਗਿਆ ਵਲੋਗ, ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਮਿਲਦੇ ਰਹਾਂਗੇ ਅਗਲੇ ਕਬੱਡੀ ਕੱਪਾਂ ਦੇ ਵਲੋਗ ਰਾਹੀਂ, ਤੁਹਾਨੂੰ ਦਿਖਾਉਂਦੇ ਰਹਾਂਗੇ, ਕਿਵੇਂ ਲੱਗਿਆ ਵਲੋਗ, ਪਿਆਰਾ ਜਿਹਾ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ, ਮਿਲਦੇ ਹਾਂ ਕਿਸੇ ਨਵੇਂ ਵਲੋਗ ਵੀਡੀਓ ਦੇ ਨਾਲ, ਇੱਥੋਂ ਤੱਕ ਵਲੋਗ ਦੇਖਣ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਬਾਈ।